बाबा बंदा सिंह बहादुर इंजीनियरिंग कॉलेज जो कि जिला फतेहगढ़ साहब विखे स्थित है, ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮੱਲਾ ਮਾਰ ਰਿਹਾ ਹੈ। ਕਾਲਜ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਕਾਲਜ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਕਾਲਜ ਵਿਖੇ ਇਸ ਵਾਰ ਦਾ ਸਿੱਖ ਰਿਲੀਜਨ ਐਗਜ਼ਾਮ ਮਿਤੀ 13 ਮਈ 2018 ਨੂੰ ਹੋਵੇਗਾ। ਇਸ ਮੌਕੇ ਸਾਡੀ ਟੀਮ ਨੇ ਕਾਲਜ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪੁਲਿਸ ਦੀ ਟੀਮ ਵੱਲੋਂ ਇੱਕ ਰਿਪੋਰਟ। ਮਾਈਸੈਲਫ ਡਾਕਟਰ ਬਲਜੀਤ ਸਿੰਘ ਖਹਿਰਾ, ਪ੍ਰੋਫੈਸਰ ਐਂਡ ਹੈੱਡ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਕੋਆਰਡੀਨੇਟਰ ਸਿੱਖ ਰੀਜਨ ਐਗਜ਼ਾਮ 2018। ਸਰ ਇਹ ਜਿਹੜਾ ਐਗਜ਼ਾਮ ਕਦੋਂ ਕੰਡਕਟ ਹੋ ਰਿਹਾ ਹੈ, ਕੀ ਇਹਦੀ ਡੇਟ ਹੈ? ਇਹ ਐਗਜ਼ਾਮ 13 ਮਈ 2018 ਨੂੰ ਐਤਵਾਰ 11:30 ਵਜੇ ਕੰਡਕਟ ਹੋਏਗਾ। ਇਹ ਐਗਜ਼ਾਮ ਮਾਨਯੋਗ ਸੁਪਰੀਮ ਕੋਰਟ ਨਵੀਂ ਦਿੱਲੀ ਦੇ ਆਦੇਸ਼ਾਂ ਦੇ ਮੁਤਾਬਕ ਹੋ ਰਿਹਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਕੁਛ ਇੰਡੀਆ ਦੇ ਵਿੱਚ ਕੁਛ ਸਟੇਟ ਦੇ ਵਿੱਚ ਘੱਟ ਗਿਣਤੀ ਇੰਸਟੀਚਿਊਟ ਡਿਕਲੇਅਰ ਕੀਤੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਟੈਕਨੀਕਲ ਇੰਸਟੀਚਿਊਟ ਇਸ ਦੇ ਅਧੀਨ ਆਉਂਦੇ ਨੇ, ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਗੁਰੂ ਨਾਨਕ ਦੇਵ ਪੋਲੀਟੈਕਨੀਕਲ ਲੁਧਿਆਣਾ, ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨੀਕਲ ਫਤਿਹਗੜ੍ਹ। ਇਸ ਐਗਜ਼ਾਮ ਦੇ ਵਿੱਚ ਸਿੱਖ ਰਿਲੀਜਨ ਨੂੰ ਬਿਲੋਂਗ ਕਰਨ ਵਾਲੇ ਕੋਈ ਵੀ ਸਟੂਡੈਂਟ ਕਿਹੜਾ ਉਹ ਪਾਰਟੀਸਪੇਟ ਕਰ ਸਕਦਾ ਹੈ। ਉਹ ਸਿੱਖ ਧਰਮ ਵਿੱਚ ਪੂਰਾ ਵਿਸ਼ਵਾਸ ਰੱਖਦਾ ਹੋਵੇ ਅਤੇ ਪੂਰਨ ਗੁਰਸਿੱਖ ਹੋਵੇ, ਪਤਿਤ ਨਾ ਹੋ। ਨਹੀਂ, ਇਹ ਮਾਤਾ ਪਿਤਾ ਲਈ ਨਹੀਂ ਜ਼ਰੂਰੀ, ਬੱਚਾ ਕਿਹੜਾ ਪੂਰਨ ਗੁਰਸਿੱਖ ਹੋਣਾ ਚਾਹੀਦਾ। ਇਹਦੇ 'ਚ ਆਲ ਓਵਰ ਇੰਡੀਆ ਦੇ ਸਟੂਡੈਂਟ ਕਿਹੜੇ ਨੇ ਉਹ ਪਾਰਟੀਸਪੇਟ ਕਰ ਸਕਦੇ ਨੇ। ਮੈਕਸੀਮਮ ਪੰਜਾਬ, ਪਿਛਲੇ ਜੋ ਅਸੀਂ ਟ੍ਰੈਂਡ ਦੇਖ ਰਹੇ ਹਾਂ ਉਹਦੇ 'ਚੋਂ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਯੂਪੀ ਦੇ ਸਟੂਡੈਂਟ, ਨਵੀਂ ਦਿੱਲੀ ਦੇ ਸਟੂਡੈਂਟ ਪਾਰਟੀਸਪੇਟ ਕਰਦੇ ਨੇ। ਸਰ ਇਹ ਐਗਜ਼ਾਮ ਦਾ ਸੈਂਟਰ ਕਿਹੜੀ ਕਿਹੜੀ ਜਗ੍ਹਾ ਹੋਏਗਾ? ਇਹਦੇ ਆਲ ਓਵਰ ਇੰਡੀਆ 'ਚ 6 ਸੈਂਟਰ ਬਣਾਏ ਜਾ ਰਹੇ ਨੇ। ਪਿਛਲੀ ਵਾਰੀ ਸਾਡੇ ਕੋਲ 6 ਸੈਂਟਰ ਸੀ, ਇੱਕ ਸੈਂਟਰ ਲੁਧਿਆਣੇ ਸੀ, ਇੱਕ ਬਠਿੰਡੇ, ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ, ਫਤਿਹਗੜ੍ਹ ਸਾਹਿਬ, ਨਵੀਂ ਦਿੱਲੀ ਅਤੇ ਇੱਕ ਜੰਮੂ ਕਸ਼ਮੀਰ। ਇਸ ਵਾਰ ਅਸੀਂ ਸੋਚ ਰਹੇ ਹਾਂ ਕਿ ਇੱਕ ਸੈਂਟਰ ਕਾਨਪੁਰ ਬਣਾਇਆ ਜਾਵੇ, ਇੱਕ ਪਾਉਂਟਾ ਸਾਹਿਬ ਹਿਮਾਚਲ 'ਚ, ਅਤੇ ਸਿੱਖ ਧਰਮ ਨਾਲ ਸੰਬੰਧਿਤ ਕੁਸ਼ਚਨ ਹੋਣਗੇ। ਅਤੇ ਇਹ ਸਾਰੇ ਪੁਰਾਣੇ ਕਿਹੜੇ ਕੁਸ਼ਚਨ ਪੇਪਰ ਨੇ ਇਸ ਇਹਦੇ ਨਾਲ ਰਿਲੇਟਡ, ਉਹ ਸਾਡੀ ਵੈਬਸਾਈਟ 'ਤੇ ਅਵੇਲੇਬਲ ਹੈ ਨੇ। ਮੇਰਾ ਨਾਮ ਰਵਿੰਦਰ ਸਿੰਘ ਉੱਪਲ ਹੈ ਜੀ। ਮੈਂ ਇਲੈਕਟ੍ਰੋਨਿਕਸ ਡਿਪਾਰਟਮੈਂਟ ਦੇ ਬਤੌਰੇ ਪ੍ਰੋਫੈਸਰ ਕੰਮ ਕਰ ਰਿਹਾ। ਤਾਂ ਸਿੱਖ ਰਿਲੀਜਨ 2018 ਦੀ ਯੋਗਤਾ ਦੀ ਅਗਰ ਗੱਲ ਕਰੀਏ ਤਾਂ ਯੋਗਤਾ ਵਿੱਚ ਉਮੀਦਵਾਰ ਸਿੱਖ ਧਰਮ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ, ਉਮੀਦਵਾਰ ਪਗੜੀ ਪਹਿਨਦਾ ਹੋਵੇ। ਅਗਰ ਲੜਕਿਆਂ ਦੀ ਗੱਲ ਕਰੀਏ
ਵਾਲਣਾ ਕੱਟਦਾ ਹੋਵੇ ਜਾਂ ਕੱਟਦੀ ਹੋਵੇ, ਸਿੰਘ ਕੌਰ ਉਮੀਦਵਾਰ ਦੇ ਨਾਮ ਨਾਲ ਲੱਗਿਆ ਹੋਣਾ ਚਾਹੀਦਾ ਹੈ। ਕਈਆਂ ਵਿਦਿਆਰਥੀਆਂ ਨੂੰ ਇਸ ਚੀਜ਼ ਦੀ ਫਿਰ ਕਿਤੇ ਪ੍ਰੋਬਲਮ ਆਉਂਦੀ ਹੈ। ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੀ ਯੋਗਤਾ 10+2 ਨੋਨ ਮੈਡੀਕਲ ਹੈ, ਯਾਨੀ ਫਤਿਹਗੜ੍ਹ ਸਾਹਿਬ ਇੰਜੀਨੀਅਰਿੰਗ ਕਾਲਜ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਵਿੱਚ ਐਡਮਿਸ਼ਨ ਲੈਣ ਦੀ ਗੱਲ ਕਰੀਏ। ਪੋਲੀਟੈਕਨਿਕ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਯੋਗਤਾ 10ਵੀਂ ਹੈ, ਤਾਂ ਇਸ ਟੈਸਟ ਦੇ ਵਿੱਚ 1 ਘੰਟੇ ਦੇ ਇਸ ਇਗਜ਼ਾਮ ਦੇ ਅੰਦਰ ਵਿਦਿਆਰਥੀਆਂ ਦੀ ਸਿੱਖ ਧਰਮ ਪ੍ਰਤੀ ਜਾਣਕਾਰੀ, ਉਹਨਾਂ ਦਾ ਸਿੱਖ ਧਰਮ ਪ੍ਰਤੀ ਪ੍ਰੇਮ, ਇਹਦਾ ਹੀ ਟੈਸਟ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। SRE ਦਾ 2018 ਦਾ ਇਗਜ਼ਾਮ 13 ਮਈ ਨੂੰ ਹੋ ਰਿਹਾ, 13 ਮਈ 2018, ਤਾਂ ਉਸਦੀ ਸਾਰੀ ਜਾਣਕਾਰੀ ਤੁਸੀਂ ਵੈਬਸਾਈਟ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਤਾਂ ਹੁਣ ਤੁਹਾਨੂੰ ਦਿਖਾਇਆ ਜਾਏਗਾ ਵੀ ਸਾਰੀ ਜਾਣਕਾਰੀ ਕਿਵੇਂ ਪ੍ਰਾਪਤ ਕਰ ਸਕਦੇ ਹੋ। ਤੁਸੀਂ google.com 'ਤੇ ਸਰਚ ਕਰਨਾ ਹੈ SRE BBS ਬੈਕ 2018, ਤਾਂ ਪਹਿਲਾਂ ਹੀ ਲਿੰਕ ਆਏਗਾ SRE ਦਾ, ਉਸ 'ਤੇ ਕਲਿੱਕ ਕਰਨ ਤੋਂ ਬਾਅਦ SRE ਦੀ ਵੈਬਸਾਈਟ ਖੁੱਲ੍ਹ ਜਾਏਗੀ। ਤਾਂ ਉੱਥੋਂ ਤੁਸੀਂ ਪੁਰਾਣੇ ਪੇਪਰ ਵੀ ਡਾਊਨਲੋਡ ਕਰ ਸਕਦੇ ਹੋ, ਇਹ ਲਿੰਕ ਤੋਂ SRE ਦੇ ਪੁਰਾਣੇ ਪੇਪਰ ਡਾਊਨਲੋਡ ਕਰ ਸਕਦੇ ਹੋ। 2008 ਤੋਂ ਲੈ ਕੇ 2015 ਤੱਕ ਦੇ ਕੁਸ਼ਚਨ ਪੇਪਰ ਪਏ ਨੇ, ਅਤੇ ਸਿੱਖ ਇਤਿਹਾਸ ਦੀਆਂ ਜਿਨ੍ਹਾਂ ਦੇ ਵਿੱਚੋਂ ਪੇਪਰ ਆਉਂਦਾ ਹੈ ਸਿੱਖ ਰਿਲੀਜ਼ਮ ਐਗਜ਼ਾਮੀਨੇਸ਼ਨ ਦਾ, ਉਹਨਾਂ ਦੇ ਕਿਤਾਬਾਂ ਵੀ ਇੱਥੇ PDF ਫੋਰਮ ਦੇ ਵਿੱਚ ਪਈਆਂ ਹਨ। ਉਸ ਤੋਂ ਬਾਅਦ ਅਖੀਰਲਾ ਲਿੰਕ ਹੈ ਡਾਊਨਲੋਡ ਬਰੋਸ਼ਰ ਐਂਡ ਐਪਲੀਕੇਸ਼ਨ ਫੋਰਮ, ਇਸ 'ਤੇ ਅਸੀਂ ਕਲਿੱਕ ਕਰਦੇ ਹਾਂ ਤਾਂ SRE ਦਾ ਬਰੋਸ਼ਰ ਡਾਊਨਲੋਡ ਹੋ ਗਿਆ। ਇਸ 'ਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ SRE ਬਾਰੇ, ਗਤੀਵਿਧੀਆਂ ਜਿਹੜੀਆਂ ਇਸ ਕਾਲਜ ਦੇ ਵਿੱਚ ਹੁੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਸ ਤੋਂ ਬਾਅਦ 2 ਫਾਰਮ ਦਿੱਤੇ ਗਏ ਹੈ ਜੀ, ਡਿਪਲੋਮਾ ਵਾਸਤੇ ਅਤੇ ਡਿਗਰੀ ਵਾਸਤੇ। ਡਿਗਰੀ 'ਤੇ ਕਲਿੱਕ ਕਰਦੇ ਤਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਕਿ ਇਹ ਸਾਰਾ ਫਾਰਮ ਭਰ ਕੇ ਆਪਣੀ ਫੋਟੋ ਲਗਾ ਕੇ ਉਸਨੂੰ ਸਕੈਨ ਕਰਕੇ ਜਾਂ ਆਪਣੇ ਮੋਬਾਈਲ ਫੋਨ ਤੋਂ ਫੋਟੋ ਖਿੱਚ ਕੇ ਸਾਨੂੰ ਈਮੇਲ ਵੀ ਕਰ ਸਕਦੇ। ਈਮੇਲ ਐਡਰੈਸ ਬਰੋਸ਼ਰ ਦੇ ਵਿੱਚ ਦਿੱਤਾ ਗਿਆ SRE ਦੇ ਬਰੋਸ਼ਰ ਦੇ ਵਿੱਚ, SRE@bbsbac.ac.in, ਇੱਥੇ ਆਪਣਾ ਫੋਰਮ ਭੇਜ ਸਕਦੇ ਹਨ। ਐਗਜ਼ਾਮ ਦਾ ਕੀ ਪੈਟਰਨ ਰਹੇਗਾ ਉਸਦਾ ਵੀ ਤੁਸੀਂ ਬੱਚੇ ਪੁਰਾਣੇ ਪੇਪਰ ਤੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਵੀ ਕਿਸ ਤਰ੍ਹਾਂ ਦਾ ਐਗਜ਼ਾਮ ਆਉਂਦਾ ਹੈ। ਐਗਜ਼ਾਮ ਸਾਰਾ ਸਬਜੈਕਟਿਵ ਨਹੀਂ ਹੁੰਦਾ, ਉਹਦੇ ਵਿੱਚ 4 ਆਪਸ਼ਨਾਂ ਹੁੰਦੀਆਂ ਨੇ ਅਤੇ ਬੱਚੇ ਨੇ ਇੱਕ ਆਪਸ਼ਨ ਸਹੀ ਆਂਸਰ 'ਤੇ ਟਿਕ ਕਰਨਾ ਹੈ, ਤਾਂ ਜਿਸ ਨਾਲ ਉਹਦਾ ਸਾਰਾ OMR ਸ਼ੀਟ ਭਰ ਕੇ ਸਬਮਿਟ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਲੀਨ ਕੌਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ। ਜਿਵੇਂ ਤੁਹਾਨੂੰ ਹੁਣੇ ਸਿੱਖ ਰਿਲੀਜਨ ਐਗਜ਼ਾਮ ਬਾਰੇ ਵੈਬਸਾਈਟ ਦੇ ਬਾਰੇ ਦੱਸਿਆ ਗਿਆ ਹੈ, ਜੋ ਕਿ 13 ਮਈ ਨੂੰ 2018 ਨੂੰ ਪੇਪਰ ਹੋਣਾ, ਅਤੇ ਇਸ ਪੇਪਰ ਦੇ ਨਤੀਜੇ ਰਿਜ਼ਲਟ ਇਵੈਲਿਊਏਸ਼ਨ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਜਾਂ ਦੂਸਰੇ ਦਿਨ ਸਾਰਾ ਰਿਜ਼ਲਟ ਵੈਬਸਾਈਟ ਦੇ ਉੱਤੇ ਹੀ ਅਵੇਲੇਬਲ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗਗਨਪ੍ਰੀਤ ਕੌਰ ਹੈ ਅਤੇ ਮੈਂ 3rd year CSE ਦੀ ਵਿਦਿਆਰਥਣ ਹਾਂ। ਮੈਂ ਇਸ ਕਾਲਜ ਦੇ ਵਿੱਚ 2015 ਦੇ ਵਿੱਚ ਸਿੱਖ ਰਿਲੀਜ਼ਨ ਐਗਜ਼ਾਮੀਨੇਸ਼ਨ ਦੇ ਨਾਲ ਦਾਖਲਾ ਲਿਆ ਸੀ, ਜਿਸ ਦਾ ਮੈਨੂੰ ਵਜ਼ੀਫਾ ਵੀ ਮਿਲਿਆ। ਇਸ ਜਗ੍ਹਾ 'ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਿੱਖ ਰਿਲੀਜ਼ਨ ਐਗਜ਼ਾਮੀਨੇਸ਼ਨ ਦੇ ਨਾਲ ਦਾਖਲਾ ਲੈਣ ਦੇ ਨਾਲ ਇੱਥੇ ਸਕੋਲਰਸ਼ਿਪ ਵੀ ਮਿਲਦੀ ਹੈ, ਜਿਸ ਦਾ ਸਾਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ, ਅਤੇ ਇੱਥੇ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਜੋ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਰਨ ਕਮਲ ਕੌਰ, ਇਸ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਹਾਂ। ਮੈਂ 3rd year BTECH ਦੀ ਸਟੂਡੈਂਟ ਹਾਂ। ਮੈਂ 2015 ਦੇ ਵਿੱਚ ਇਸ ਕਾਲਜ ਦੇ ਵਿੱਚ ਸਿੱਖ ਰਿਲੀਜਨ ਐਗਜ਼ਾਮੀਨੇਸ਼ਨ ਥਰੂ ਐਡਮਿਸ਼ਨ ਲਈ ਸੀ। ਇਸ ਕਾਲਜ ਦੇ ਵਿੱਚ ਆ ਕੇ ਮੈਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ, ਜਿਸ ਦੇ ਵਿੱਚ ਅਸੀਂ ਇਸ ਕਾਲਜ ਦੇ ਵਿੱਚ ਬਹੁਤ ਬਹੁਤ ਐਕਟੀਵਿਟੀਜ਼ ਕਰਵਾਉਂਦੇ ਹਾਂ। ਇਸ ਕਾਲਜ ਦੇ ਵਿੱਚ ਹਰ ਸਾਲ 2 ਵਾਰ ਸਹਿਜ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਹਨ, ਗੱਤਕਾ ਕੰਪੀਟੀਸ਼ਨ ਅਤੇ ਧਾਰਮਿਕ ਰਿਲੇਟਿਡ ਹਰ ਤਰ੍ਹਾਂ ਦੇ ਕੰਪੀਟੀਸ਼ਨਸ ਕਰਵਾਏ ਜਾਂਦੇ ਹਨ। ਮੈਨੂੰ ਇਸ ਅਸਥਾਨ 'ਤੇ ਆ ਕੇ ਬਹੁਤ ਹੀ ਗਰਵ ਮਹਿਸੂਸ ਹੁੰਦਾ ਹੈ, ਕਿਉਂਕਿ ਇਹ ਸਿੱਖ ਇਤਿਹਾਸ ਦਾ ਸਥਾਨ ਹੈ ਅਤੇ ਬਹੁਤ ਹੀ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਕਰਮਜੀਤ ਸਿੰਘ ਹੈ, ਮੈਂ ਇਸ ਕਾਲਜ ਦਾ 3rd year ਦਾ ਵਿਦਿਆਰਥੀ ਹਾਂ। ਮੈਂ ਇਸ ਕਾਲਜ ਦੇ ਵਿੱਚ ਐਡਮਿਸ਼ਨ ਸਿੱਖ ਰਿਲੀਜ਼ਨ ਐਗਜ਼ਾਮੀਨੇਸ਼ਨ ਦੇ ਜ਼ਰੀਏ ਪ੍ਰਾਪਤ ਕੀਤੀ ਹੈ। ਸਿੱਖ ਰਿਲੀਜ਼ਨ ਐਗਜ਼ਾਮੀਨੇਸ਼ਨ ਦੇ ਵਿੱਚ ਧਾਰਮਿਕ ਪ੍ਰਸ਼ਨ ਪੁੱਛੇ ਜਾਂਦੇ ਹਨ। ਜੋ ਵਿਦਿਆਰਥੀ ਸਿੱਖ ਰਿਲੀਜ਼ਨ ਐਗਜ਼ਾਮੀਨੇਸ਼ਨ ਦਾ ਪੇਪਰ ਪਾਸ ਕਰਦੇ ਹਨ, ਉਹਨਾਂ ਨੂੰ ਵਜ਼ੀਫੇ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਡਾਇਰੈਕਟ ਐਡਮਿਸ਼ਨ ਲੈ ਸਕਦੇ ਹਨ। ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਜੀ ਪ੍ਰਿਤਪਾਲ ਸਿੰਘ, ਮੈਂ ਇਸ ਕਾਲਜ 'ਚ ਐਡਮਿਸ਼ਨ ਮੇਰੀ BTECH 'ਚ ਹੋਈ ਹੈ ਜੀ। ਮੈਂ ਇਸ ਕਾਲਜ 'ਚ ਪੜ੍ਹ ਰਿਹਾ ਅਤੇ ਇਹ ਕਾਲਜ ਜਿਹੜਾ ਆਪਣੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਹੈ, ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਜੀ।
ਅਤੇ ਇਹ ਆਪਣੇ ਤਿੰਨ ਅਦਾਰੇ ਚੱਲ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ, ਮਾਤਾ ਗੁਜਰੀ ਕਾਲਜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਅਤੇ ਤਿੰਨੇ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਨੇ। ਅਤੇ ਸਰ ਇੱਕ ਜਿਹੜਾ ਇਸ ਵਾਰ ਆਪਣਾ ਸ਼੍ਰੋਮਣੀ ਕਮੇਟੀ ਦਾ ਇੱਕ ਬਹੁਤ ਵੱਡਾ ਪਰਾਲ ਹੈ ਜਿਹੜਾ ਸਿੱਖ ਰਿਲੀਜਨ ਐਗਜ਼ਾਮ ਕੰਡਕਟ ਕਰਦੀ ਹੈ ਹਰ ਸਾਲ ਹੀ, ਇਸ ਸਾਲ ਵੀ ਕਰਵਾਇਆ ਜਾ ਰਿਹਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਐਸ ਆਰ ਈ ਐਗਜ਼ਾਮ ਸਿੱਖ ਰਿਲੀਜਨ ਐਗਜ਼ਾਮ ਜਿਹੜਾ ਹੈਗਾ ਇਹ ਹਰ ਸਾਲ ਹੁੰਦਾ, ਇਸ ਵਾਰੀ ਅਪ੍ਰੈਲ 'ਚ ਹੋਏਗਾ। ਅਤੇ ਇਹ ਐਗਜ਼ਾਮ ਦੇ ਥਰੂ ਜਿੱਦਾਂ ਜਿਹੜੇ ਸਿੱਖ ਸਟੂਡੈਂਟਸ ਨੇ ਇਹ ਐਗਜ਼ਾਮ ਦੇ ਕੇ ਉਹ ਇਹ ਐਗਜ਼ਾਮ ਕਲੀਅਰ ਕਰਕੇ ਇਹਦੇ ਵਿੱਚ ਚੰਗੇ ਨੰਬਰ ਲੈ ਕੇ ਉਹ ਮਤਲਬ ਡਾਇਰੈਕਟ ਐਡਮਿਸ਼ਨ ਲੈ ਸਕਦੇ ਆਪਣੇ ਇਸ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਅਤੇ ਉਹਨਾਂ ਨੂੰ ਬਕਾਇਦਾ ਇੱਕ ਮਤਲਬ ਸਕਾਲਰਸ਼ਿਪ ਮਿਲੂਗੀ। ਅਤੇ ਸਰ ਤੁਸੀਂ ਇਸ ਕਾਲਜ ਦੇ ਵਿੱਚ ਤਾਂ ਆਪਣਾ ਫਸਟ ਈਅਰ ਹੈ ਤੁਹਾਡਾ, ਹਾਂਜੀ, ਕੀ ਕਹਿਣਾ ਚਾਹੋਗੇ ਕਿਵੇਂ ਇੱਥੇ ਜਿਹੜੀ ਸਟੱਡੀ ਕਰਵਾਈ ਜਾਂਦੀ ਹੈ, ਕਿਵੇਂ ਇੱਥੇ ਹਰ ਇੱਕ ਗਤੀਵਿਧੀ ਵੱਲ ਧਿਆਨ ਦਿੱਤਾ ਜਾਂਦਾ ਹੈ ਬੱਚਿਆਂ ਦੀ? ਸਟੱਡੀ ਬਹੁਤ ਇੱਥੇ ਵਧੀਆ ਕਾਲਜ, ਜਿੱਦਾਂ ਬੇਸਿਕ ਅਮਿਊਨਿਟੀਜ਼ ਬਹੁਤ ਸਹੀ ਨੇ, ਬਹੁਤ ਆਧੁਨਿਕ ਸਿਸਟਮਸ ਨੇ, ਬਹੁਤ ਸਾਰੀ ਵਧੀਆ ਲੈਬਸ ਨੇ, ਕੋ ਕਰਿਕੁਲਰ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ, ਆਡੀਟੋਰੀਅਮ 'ਚ ਹਮੇਸ਼ਾ ਮੋਟੀਵੇਸ਼ਨਲ ਸਪੀਕਰ ਬੁਲਾਇਆ ਜਾਂਦਾ, ਇੱਕ ਸਪੈਸ਼ਲ ਪਰਸਨੈਲਿਟੀ ਐਨਹਾਂਸਮੈਂਟ ਪ੍ਰੋਜੈਕਟ ਕਰਕੇ ਕਲਾਸਿਸ ਹੁੰਦੀਆਂ ਨੇ, PDP ਵੀ ਕਹਿੰਦੇ ਪਰਸਨੈਲਿਟੀ ਡਿਵੈਲਪਮੈਂਟ, ਅਤੇ ਉਹ ਸਾਰੀਆਂ ਚੀਜ਼ਾਂ ਬਹੁਤ ਹੀ ਮਤਲਬ ਜੇ ਬੱਚੇ ਨੇ ਚਾਹਿਆ ਤਾਂ ਬਹੁਤ ਅੱਗੇ ਜਾ ਸਕਦਾ, ਪਰ ਆਪਣੇ 'ਤੇ ਅੱਗੇ ਆਪਾਂ ਉਹਨੂੰ ਕਿੰਨਾ ਗ੍ਰਹਿਣ ਕਰਦੇ ਹਾਂ। ਅਤੇ ਖਾਸ ਤੌਰ 'ਤੇ ਮਤਲਬ ਸਿੱਖ ਬੱਚਿਆਂ ਵਾਸਤੇ ਸਮਾਗਮ ਹੁੰਦੇ ਨੇ, ਸਾਲ ਦੇ ਵਿੱਚ 2 ਸਹਿਜ ਪਾਠ ਸਾਹਿਬ ਹੁੰਦੇ ਨੇ ਇਸ ਕਾਲਜ 'ਚ, ਅਤੇ ਆਪਾਂ ਹਰ ਹਫ਼ਤੇ ਜਿਹੜੇ ਹੋਸਟਲ ਦੇ ਸਟੂਡੈਂਟਸ ਨੇ ਵੈਂਸਡੇ ਨੂੰ ਕੀਰਤਨ ਦਰਬਾਰ ਲੱਗਦਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆ ਇੱਥੇ, ਅਤੇ ਵੀਰਵਾਰ ਨੂੰ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਅਤੇ ਸਿੱਖ ਬੱਚਿਆਂ ਵਾਸਤੇ ਖਾਸ ਤੌਰ 'ਤੇ ਕਾਫੀ ਮਦਦ ਮਿਲਦੀ ਹੈ ਜੀ ਇੱਥੇ। ਅਤੇ ਸਰ ਜਿਹੜਾ ਧਾਰਮਿਕ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਜਿਹੜੀ ਧਾਰਮਿਕ ਵਿੱਦਿਆ ਵਾ ਉਹ ਬੱਚਿਆਂ ਦੇ ਵਾਸਤੇ ਕਿੰਨੀ ਕੁ ਜ਼ਰੂਰੀ ਹੈ? ਬਹੁਤ ਹੀ ਅੱਤ ਜ਼ਰੂਰੀ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਇਹ ਸਰੀਰ ਆ ਮੇਰਾ, ਇਸ ਜਗ ਮੈਂ ਕਿ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰ ਜਾਂ ਤੂੰ ਜਗ ਮੈਂ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸ ਹੈ। ਅਤੇ ਇਹ ਆਪਣਾ ਜਿਹੜਾ ਮਨੁੱਖਾ ਜਨਮ ਭਈ ਪ੍ਰਾਪਤ ਮਾਨਕ ਦੇਹਰੀ ਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਇਹ ਮਨੁੱਖਾ ਜਨਮ ਮਿਲਿਆ ਹੀ ਮਹਾਰਾਜ ਦੇ ਵਿੱਚ ਵਾਹਿਗੁਰੂ ਜੋਤ ਦੇ ਵਿੱਚ ਅਧੀਨ ਹੋਣ, ਅਭੇਦ ਹੋਣ ਵਾਸਤੇ ਆ, ਸ਼ਬਦ ਦੇ ਵਿੱਚ ਅਭੇਦ ਹੋਣ ਵਾਸਤੇ। ਅਤੇ ਸੁਰਤ ਦਾ ਇੱਕ ਸਭ ਤੋਂ ਜਿਹੜਾ ਮੇਨ ਟਾਰਗੇਟ ਆ, ਜਿਹੜਾ ਆਪਾਂ ਜਿਹਨੂੰ ਕਹਾਂਗੇ ਆਪਾਂ ਬੇਸਿਕ ਏਮ ਆ, ਉਹ ਹੈਗਾ ਨਾਮ ਜਪਣਾ ਅਤੇ ਬਾਣੀ ਨਾਲ ਜੁੜਨਾ, ਵੱਧ ਤੋਂ ਵੱਧ ਆਪਾਂ ਪ੍ਰਚਾਰ ਕਰੀਏ ਇਸ ਚੀਜ਼ ਦਾ। ਅਤੇ ਜਿਹੜਾ ਸਰ ਐਰਕੀ ਐਗਜ਼ਾਮ ਕੰਡਕਟ ਕੀਤਾ ਸ਼੍ਰੋਮਣੀ ਕਮੇਟੀ ਨੇ, ਅਤੇ ਜਿਹੜੇ ਸਟੂਡੈਂਟਸ ਨੇ, ਨੀਡੀ ਸਟੂਡੈਂਟਸ ਨੇ, ਉਹ ਵੀ ਇਹ 'ਚ ਜਿਹੜੇ ਸਿੱਖ ਰਿਲੀਜਨ ਨਾਲ ਸੰਬੰਧਿਤ ਨੇ, ਉਹ ਵੀ ਇਹ 'ਚੋਂ ਕਾਫੀ ਹੈਲਪ ਲੈ ਸਕਦੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਕਿ ਬੱਚੇ ਵੱਧ ਤੋਂ ਵੱਧ ਪਾਰਟੀਸਪੇਟ ਕਰਨੇ? ਵੱਧ ਤੋਂ ਵੱਧ ਪਾਰਟੀਸਪੇਟ ਕਰਨ, ਜਿੱਦਾਂ ਆਪਾਂ ਪਹਿਲਾਂ ਇਸ ਬਾਰੇ ਗੱਲ ਕਰ ਹੀ ਚੁੱਕੇ ਹਾਂ ਕਿ SRE ਐਗਜ਼ਾਮ ਹੁੰਦਾ, ਸਕਾਲਰਸ਼ਿਪ ਮਿਲਦੀ ਹੈ, ਫਿਰ ਆਪਾਂ ਜਿਹੜੇ ਨੀਡੀ ਪੀਪਲ ਜਿਹੜੇ ਨੇ, ਨੀਡੀ ਪੀਪਲ ਜਿੱਦਾਂ ਗਰੀਬ, ਜਿੱਦਾਂ ਜਿਨ੍ਹਾਂ ਦੀ ਮਤਲਬ ਐਨੂਅਲ ਇਨਕਮ ਘੱਟ ਆ, ਉਹ ਇੱਥੇ ਮਤਲਬ ਐਜ਼ ਆ ਆਪਣਾ ਉਹ ਕੋਟਾ ਦੇ ਕੇ ਐਗਜ਼ਾਮ ਕਲੀਅਰ ਕਰਕੇ ਐਡਮਿਸ਼ਨ ਡਾਇਰੈਕਟ ਲੈ ਸਕਦੇ। ਬੱਚਿਆਂ ਦੀ ਉੱਚ ਸਿੱਖਿਆ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ BTECH ਦੇ 7 ਸਟਰੀਮ ਦੇ ਕੋਰਸ ਚੱਲਦੇ ਹਨ, MTECH ਦੇ 6 ਸਟਰੀਮ ਦੇ ਕੋਰਸ ਅਤੇ MBA ਦੇ ਕੋਰਸਿਸ ਚੱਲਦੇ ਹਨ। ਇੱਥੇ ਤਕਰੀਬਨ 2,500 ਵਿਦਿਆਰਥੀ ਪੰਜਾਬ ਤੋਂ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਆ ਕੇ ਸਿੱਖਿਆ ਗ੍ਰਹਿਣ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਦਾ ਇੱਕ ਬੜੀ ਸੋਚ ਰਹੀ ਹੈ ਕਿ ਸਿੱਖ ਬੱਚਿਆਂ ਨੂੰ ਇਹਨਾਂ ਅਦਾਰਿਆਂ ਦੇ ਅੰਦਰ
ਲਿਆਂਦਾ ਜਾਏ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਇੱਥੇ ਉੱਚ ਸਿੱਖਿਆ ਦੇ ਅੰਦਰ ਪ੍ਰਵੇਸ਼ ਕੀਤਾ ਜਾਏ। ਇਸ ਮੁੱਦੇ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਰਿਲੀਜਨ ਇਗਜ਼ਾਮ ਕਰਾਉਂਦੀ ਹੈ, ਜਿਸ ਵਿੱਚ ਇਹਨਾਂ ਕਾਲਜਾਂ ਵਿੱਚ ਹੀ ਨਹੀਂ ਬਲਕਿ ਦੂਸਰੇ ਐਸ ਜੀ ਪੀ ਸੀ ਦੇ ਚੱਲਦੇ ਹੋਏ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ ਵਿੱਚ ਵੀ ਦਾਖਲਿਆਂ ਦੇ 50% ਸੀਟਾਂ ਸਿੱਖ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਇਸ ਲਈ ਸਿੱਖ ਰਿਲੀਜਨ ਇਗਜ਼ਾਮ ਜੋ ਕਿ ਮਈ ਦੇ ਮਹੀਨੇ 'ਚ ਕੰਡਕਟ ਕੀਤਾ ਜਾਂਦਾ ਹੈ, ਜਿਸ ਵਿੱਚ 12ਵੀਂ ਕਰਦੇ ਹੋਏ ਬੱਚੇ ਲੜਕੇ ਅਤੇ ਲੜਕੀਆਂ ਇਗਜ਼ਾਮ ਦੇ ਸਕਦੇ ਹਨ ਜੋ ਕਿ ਆਪਣੇ ਸਿੱਖੀ ਸਰੂਪ ਦੇ ਵਿੱਚ ਪੂਰਨ ਹੋਣ। ਇਹਨਾਂ ਬੱਚਿਆਂ ਦਾ ਸਿੱਖ ਰਿਲੀਜਨ ਦੀ ਬਾਰੇ ਜਾਣਕਾਰੀ ਦੇ ਉੱਤੇ ਟੈਸਟ ਲਿਆ ਜਾਂਦਾ ਹੈ, ਉਸ ਦੀ ਮੈਰਿਟ ਦੇ ਆਧਾਰ 'ਤੇ ਇਹਨਾਂ ਨੂੰ ਇਹ ਜਿਹੜੀਆਂ 50% ਰਾਖਵੀਆਂ ਸੀਟਾਂ ਭਰੀਆਂ ਜਾਂਦੀਆਂ ਹਨ। ਇਹ ਟੈਸਟ ਤਕਰੀਬਨ 1 ਘੰਟੇ ਦੀ ਮਿਆਦ ਦਾ ਹੁੰਦਾ ਹੈ, ਜਿਸ ਵਿੱਚ 50 ਸਵਾਲ ਹੁੰਦੇ ਹਨ ਔਰ ਬੱਚੇ ਉਹਨੂੰ ਅਟੈਂਪਟ ਕਰਕੇ ਇਹਨਾਂ ਰਾਖਵੀਆਂ ਸੀਟਾਂ ਦੇ ਹੱਕਦਾਰ ਬਣਦੇ ਹਨ। ਇਸ ਦੇ ਨਾਲ ਹੀ ਇਹ ਕਾਲਜ ਇਸ ਸਾਲ ਆਪਣੇ 25 ਸਾਲ ਪੂਰੇ ਕਰ ਚੁੱਕਾ ਹੈ ਅਤੇ ਸਿਲਵਰ ਜੁਬਲੀ ਈਅਰ ਮਨਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਤਹਿਤ ਇਸ ਕਾਲਜ ਦੇ ਅੰਦਰ ਕਈ ਤਰ੍ਹਾਂ ਦੀਆਂ ਸਕਾਲਰਸ਼ਿਪ ਸਕੀਮਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ ਜੋ ਕਿ ਮੈਰਿਟ ਬੇਸ ਅਤੇ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬੇਸਡ ਜੋ ਕਿ ਲੋ ਇਨਕਮ ਗਰੁੱਪ ਵਾਲੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਫਾਈਨੈਂਸ਼ੀਅਲ ਬੇਸਡ ਐਂਟਰੀ ਲੈਵਲ ਦੇ ਉੱਤੇ ਜਿਹੜੇ ਬੱਚੇ +2 ਦੇ ਅੰਦਰ 60% ਤੋਂ ਜ਼ਿਆਦਾ ਨੰਬਰ ਲੈ ਕੇ ਆਉਂਦੇ ਹਨ ਉਹਨਾਂ ਨੂੰ 5,000 ਰੁਪਏ, ਜਿਹੜੇ ਬੱਚੇ 65% ਤੋਂ ਉੱਤੇ ਉਹਨਾਂ ਨੂੰ 10,000 ਰੁਪਏ ਔਰ 75% ਤੋਂ ਉੱਤੇ ਨੰਬਰ ਲੈਣ ਵਾਲੇ ਬੱਚਿਆਂ ਨੂੰ 15,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਜੋ ਕਿ ਸਕਾਲਰਸ਼ਿਪ ਅੱਗੋਂ ਅਗਰ ਬੱਚੇ ਆਪਣੇ ਇਸ ਪਰਸੈਂਟੇਜ ਨੂੰ ਮੇਨਟੇਨ ਕਰਦੇ ਹਨ ਤਾਂ ਪੂਰੀ ਇੰਜੀਨੀਅਰਿੰਗ ਦੇ 4 ਸਾਲਾਂ ਦੇ ਅੰਦਰ ਹਰ ਸਮੈਸਟਰ ਦੇ ਅੰਦਰ ਇਸ ਨੂੰ ਅਵੇਲ ਕਰ ਸਕਦੇ ਹਨ। ਇਸੇ ਤਰ੍ਹਾਂ ਸਿੱਖ ਰਿਲੀਜਨ ਇਗਜ਼ਾਮ ਦੇ ਤਹਿਤ ਜਿਹੜੇ ਬੱਚੇ ਪਾਸ ਕਰਕੇ ਇਹਨਾਂ ਕਾਲਜਾਂ ਦੇ ਅੰਦਰ ਜਾਂ ਪੋਲੀਟੈਕਨਿਕ ਕਾਲਜ ਦੇ ਅੰਦਰ ਐਡਮਿਸ਼ਨ ਲੈਂਦੇ ਹਨ ਉਹਨਾਂ ਨੂੰ 5,000 ਰੁਪਏ ਦੀ ਫੀਸ ਦੇ ਅੰਦਰ ਛੂਟ ਦਿੱਤੀ ਜਾਂਦੀ ਹੈ, ਔਰ ਨਾਲ ਹੀ ਜਿਹੜੇ SRE ਇਗਜ਼ਾਮ ਦੇ 1st, 2nd, 3rd ਪੋਜੀਸ਼ਨ ਦੇ ਬੱਚੇ ਆਉਂਦੇ ਹਨ ਉਹਨਾਂ ਦੀ ਟਿਊਸ਼ਨ ਫੀਸ ਦੇ ਅੰਦਰ 30,000, 20,000 ਅਤੇ 10,000 ਰੁਪਏ ਦੀ ਉਹਨਾਂ ਨੂੰ ਛੂਟ ਦਿੱਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਇੰਡਸਟਰੀ ਦੇ ਲਈ ਫਿੱਟ ਇੰਜੀਨੀਅਰ ਬਣਾਇਆ ਜਾਏ। ਇਸ ਲਈ ਇਹਨਾਂ ਅਦਾਰਿਆਂ ਦੇ ਅੰਦਰ ਯੂਨੀਵਰਸਿਟੀ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਵੱਲ ਵੀ ਖਾਸ ਤਵੱਜੋ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਤਰ੍ਹਾਂ ਤਰ੍ਹਾਂ ਦੀਆਂ ਇੰਡਸਟਰੀਜ਼ ਦੇ ਨਾਲ ਅੰਡਰਸਟੈਂਡਿੰਗ ਕਰਨ ਕੇ ਉਹਨਾਂ ਬੱਚਿਆਂ ਦੀ ਇੰਟਰਨਸ਼ਿਪ ਔਰ ਉਸ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਦੇ ਇੱਥੇ ਬੰਦੋਬਸਤ ਕੀਤੇ ਗਏ ਹਨ। ਪਿਛਲੇ 3 ਸਾਲਾਂ ਦੇ ਅੰਦਰ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ ਖਾਸ ਤਵੱਜੋ ਦੇਣ ਤੋਂ ਬਾਅਦ ਇਹਨਾਂ ਅਦਾਰਿਆਂ ਦੀ ਪਲੇਸਮੈਂਟ ਪਹਿਲੇ ਤੋਂ 3 ਗੁਣਾ ਵੱਧ ਗਈ ਹੈ। ਜਿੰਨੇ ਵੀ ਐਲੀਜੀਬਲ ਬੱਚੇ 30 ਸਾਲ ਤੋਂ ਬਾਅਦ ਆਪਣੇ ਆਪ ਨੂੰ ਐਲੀਜੀਬਲ ਕਰ ਲੈਂਦੇ ਹਨ ਉਹਨਾਂ ਸਾਰਿਆਂ ਦੀ ਪਲੇਸਮੈਂਟਸ ਦਾ ਬੰਦੋਬਸਤ ਹਰ ਤਰ੍ਹਾਂ ਦੀ ਬ੍ਰਾਂਚ ਤਰ੍ਹਾਂ ਤਰ੍ਹਾਂ ਦੀ ਇੰਡਸਟਰੀ ਦੇ ਅੰਦਰ ਪੰਜਾਬ ਦੇ ਅੰਦਰ ਔਰ ਪੰਜਾਬ ਤੋਂ ਬਾਹਰ ਉਹ ਕੀਤਾ ਗਿਆ ਹੈ। 2 IITs ਦੇ ਨਾਲ ਸਪੈਸ਼ਲ ਸਾਡੇ ਰਿਲੇਸ਼ਨਸ਼ਿਪ ਹਨ। IIT ਰੋਪੜ ਦੇ ਨਾਲ ਪੰਜਾਬ ਦੇ ਅੰਦਰ 2 ਇੰਜੀਨੀਅਰਿੰਗ ਕਾਲਜਸ ਨੂੰ ਐਫੀਲੀਏਟ ਕੀਤਾ ਗਿਆ ਹੈ, ਜਿਸ ਵਿੱਚੋਂ ਇਸ ਕਾਲਜ ਨੂੰ ਐਫੀਲੀਏਟ ਹੋਣ ਦਾ ਮਾਣ ਹੈ। ਇਸੇ ਤਰ੍ਹਾਂ IIT ਬੰਬੇ ਦੇ ਨਾਲ ਸਪੈਸ਼ਲ ਰਿਲੇਸ਼ਨਸ਼ਿਪ ਦੇ ਤਹਿਤ ਪੂਰੇ ਨਾਰਥ ਇੰਡੀਆ ਦੇ ਅੰਦਰ ਇਕੱਲਾ ਹੀ ਇੱਕ ਰਿਮੋਟ ਐਜੂਕੇਸ਼ਨ ਸੈਂਟਰ ਬਣਿਆ ਹੈ, ਜਿਸ ਦੇ ਅੰਦਰ ਬੱਚਿਆਂ ਨੂੰ ਅਤੇ ਫੈਕਲਟੀ ਮੈਂਬਰਸ ਨੂੰ ਹੀ ਤਰ੍ਹਾਂ ਤਰ੍ਹਾਂ ਦੇ ਵੈਲਿਊ ਐਡਿਡ ਕੋਰਸਿਸ ਮਿਲਦੇ ਹਨ ਜੋ ਕਿ ਬਿਲਕੁਲ ਫ੍ਰੀ ਆਫ ਕੋਸਟ ਹੁੰਦੇ ਹਨ। ਬੱਚੇ ਇਹਨਾਂ ਦੀ ਕਲਾਸਾਂ ਆਨਲਾਈਨ ਅਤੇ ਆਨਲਾਈਨ ਟੈਸਟ ਦੇ ਕੇ IIT ਬੰਬੇ ਤੋਂ ਇਹ ਸਾਰੇ ਸਰਟੀਫਿਕੇਟਸ ਹਾਸਲ ਕਰ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਅੰਦਰ ਬੱਚਿਆਂ ਦੀ ਤਕਨੀਕੀ ਲੈਵਲ ਨੂੰ ਤਕਨੀਕੀ ਮਿਆਰ ਨੂੰ ਉਚੇਰੇ ਕਰਨ ਦੇ ਲਈ ਸਪੈਸ਼ਲ ਬੰਦੋਬਸਤ ਕੀਤੇ ਗਏ ਹਨ, ਜਿਸ ਵਿੱਚ ਰਿਸਰਚ ਐਂਡ ਇਨੋਵੇਸ਼ਨ ਸੈਂਟਰ ਬਣਾਇਆ ਗਿਆ ਹੈ। ਇਸ ਦੇ ਅੰਦਰ ਪਿਛਲੇ 2 ਸਾਲਾਂ ਦੇ ਅੰਦਰ ਅੰਦਰ 8 ਪੇਟੈਂਟ ਰਜਿਸਟਰ ਕੀਤੇ ਜਾ ਚੁੱਕੇ ਹਨ ਔਰ ਹੋਰ 5 ਪੇਟੈਂਟ ਬੱਚਿਆਂ ਦੇ ਔਰ ਸਟਾਫ ਦੇ ਆਲਰੇਡੀ ਇਵੈਲਿਊਏਸ਼ਨ ਕੀਤੇ ਜਾ ਰਹੇ ਹਨ। ਨਾਲ ਹੀ ਇੱਥੇ ਐਂਟਰਪ੍ਰੈਨਰਸ਼ਿਪ ਸੈੱਲ ਬਣਾਇਆ ਗਿਆ ਹੈ, ਜਿਸ ਵਿੱਚ ਕਿ ਬੱਚੇ ਸਾਡੇ ਪਹਿਲਾਂ ਪਾਸ ਕੀਤੇ ਹੋਏ ਜੋ ਐਲਿਊਮਨਾਈ ਹਨ ਉਹਨਾਂ ਦੀ ਦੇਖ ਰੇਖ ਦੇ ਅੰਦਰ ਨਵੇਂ ਨਵੇਂ ਤਰ੍ਹਾਂ ਦੇ ਕੰਮ ਸਿੱਖ ਕੇ ਆਪਣੇ ਆਪ ਨੂੰ ਇੱਕ ਐਂਟਰਪ੍ਰੈਨਰ ਬਣਾਉਣ ਦੇ ਵਿੱਚ ਕਾਬਲ ਹੋਣ ਦੀ ਟ੍ਰੇਨਿੰਗ ਲੈਂਦੇ ਹਨ ਔਰ ਉਹਨਾਂ ਨੂੰ ਪੂਰੀ ਮਦਦ ਕੀਤੀ ਜਾਂਦੀ ਹੈ ਆਪਣੇ ਹੀ
ਬਿਜ਼ਨਸ ਸੈਟਅਪ ਕਰਨ ਦੇ ਲਈ ਕਿਸ ਤਰ੍ਹਾਂ ਉਹਦੀ ਡਾਕੂਮੈਂਟੇਸ਼ਨ, ਕਿਸ ਤਰ੍ਹਾਂ ਅਪਰੂਵਲ ਲਏ ਜਾਂਦੇ ਹਨ, ਉਹਦੀ ਫੰਡਿੰਗ ਕਿਸ ਤਰ੍ਹਾਂ ਹੁੰਦੀ ਹੈ, ਇਸ ਦੇ ਵਿੱਚ ਤਕਰੀਬਨ 52 ਬੱਚਿਆਂ ਨੇ ਆਲਰੇਡੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਔਰ ਆਪਣੇ ਐਂਟਰਪ੍ਰੈਨਰਸ਼ਿਪ ਐਫਰਟਸ ਨੂੰ ਉਹ ਪਰਸੂ ਕਰ ਰਹੇ ਹਨ। ਯੂਨੀਵਰਸਿਟੀ ਸਿੱਖਿਆ ਦੇ ਨਾਲ ਨਾਲ ਸਿੱਖ ਧਰਮ ਦੇ ਬਾਰੇ ਜਾਣਕਾਰੀ ਔਰ ਗੁਰਸਿੱਖੀ ਦੇ ਨਾਲ ਜੋੜਨ ਦੇ ਖਾਸ ਉਪਰਾਲੇ ਕੀਤੇ ਜਾਂਦੇ ਹਨ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅੰਦਰ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਹਨ ਜਿੱਥੇ ਕਿ ਬੱਚੇ ਆ ਕੇ ਖੁਦ ਕੀਰਤਨ ਕਰਨਾ ਸਿੱਖਦੇ ਹਨ ਔਰ ਸਹਿਜ ਪਾਠ ਦੇ ਨਾਲ ਜੁੜਦੇ ਹਨ। ਸਾਲ ਦੇ ਅੰਦਰ 2 ਵਾਰ ਇਹ ਪੂਰਾ ਸਹਿਜ ਪਾਠ ਬੱਚੇ ਖੁਦ ਰਲ ਕੇ ਕਰਦੇ ਹਨ ਅਤੇ ਕੀਰਤਨ ਸਮਾਗਮ ਕੀਤੇ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਦਿਹਾੜੇ ਜੋ ਕਿ 16 ਅਕਤੂਬਰ ਹਰ ਸਾਲ ਪੈਂਦਾ ਹੈ, ਉਸ ਉੱਤੇ ਇੱਕ ਫੰਕਸ਼ਨ ਮਹਾਨ ਕੀਰਤਨ ਸਮਾਗਮ ਕੀਤਾ ਜਾਂਦਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਗਾਈਡੈਂਸ ਥੱਲੇ ਹੀ ਹੁੰਦਾ ਹੈ। ਇਸੇ ਤਰ੍ਹਾਂ ਮਾਰਚ ਦੇ ਮਹੀਨੇ ਦੇ ਅੰਦਰ ਜਿਹੜਾ ਬੈਚ ਪਾਸ ਆਊਟ ਹੋਣ ਵਾਲਾ ਹੁੰਦਾ ਹੈ, ਉਸ ਲਈ ਇਹ ਬੱਚੇ ਆਪ ਉਹਨਾਂ ਦੀ ਸਫਲਤਾ ਲਈ ਸਹਿਜ ਪਾਠ ਰੱਖ ਕੇ ਉਹਨਾਂ ਵਾਸਤੇ ਅਰਦਾਸ ਕਰਦੇ ਹਨ ਤਾਂ ਕਿ ਉਹਨਾਂ ਦਾ ਭਵਿੱਖ ਉਜਵਲ ਰਹੇ ਔਰ ਅੱਗੋਂ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹਦੇ ਅੰਦਰ ਪ੍ਰੋਤਸਾਹਨ ਮਿਲਦਾ ਰਹੇ। ਇਹਦੇ ਵਿੱਚ ਹੀ ਇਸ ਸਾਲ ਸਪੈਸ਼ਲੀ ਬੱਚਿਆਂ ਨੂੰ ਕੀਰਤਨ ਸਿੱਖਣ ਦੀ ਸਿਖਲਾਈ, ਦਸਤਾਰ ਬੰਨਣ ਦੀ ਸਿਖਲਾਈ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਤਾਂ ਕਿ ਇਹ ਬੱਚੇ ਆਪਣੀਆਂ ਜੜ੍ਹਾਂ ਦੇ ਨਾਲ ਅੱਛੀ ਤਰ੍ਹਾਂ ਜੁੜੇ ਰਹਿਣ। ਇਸ ਪਾਵਨ ਧਰਤੀ ਫਤਿਹਗੜ੍ਹ ਸਾਹਿਬ ਜੀ ਦੇ ਉੱਤੇ ਆ ਕੇ ਜਿਸ ਤਰ੍ਹਾਂ ਬੱਚਿਆਂ ਨੂੰ ਆਪਣੀ ਇਤਿਹਾਸ ਦੇ ਨਾਲ ਜੁੜ ਕੇ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ, ਉਸ ਲਈ ਇੱਥੇ ਇੱਕ ਬੈਸਟ ਆਫ ਸਿੰਘਸ ਐਂਡ ਬੈਸਟ ਆਫ ਕੌਰ ਦਾ ਇੱਕ ਕੰਪਟੀਸ਼ਨ ਵੀ ਕਰਵਾਇਆ ਜਾਂਦਾ ਹੈ ਹਰ ਸਾਲ, ਜਿਸ ਵਿੱਚ ਬੱਚੇ ਗੁਰਸਿੱਖ ਤਾਲੀਮ ਔਰ ਆਪਣੇ ਰਵਾਇਤਾਂ ਦੇ ਉੱਤੇ ਉਹਨਾਂ ਦੇ ਸਵਾਲ ਜਵਾਬ ਕਰਕੇ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਹਨ ਔਰ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਜੋੜ ਮੇਲੇ ਦੇ ਦੌਰਾਨ ਔਰ ਹੋਰ ਮੌਕਿਆਂ ਦੇ ਉੱਤੇ ਕਾਲਜ ਦੇ ਅੰਦਰ ਲੰਗਰ ਲਗਾ ਕੇ ਔਰ ਬੱਚਿਆਂ ਦੇ ਵੱਲੋਂ ਉੱਥੇ ਸੇਵਾ ਕਰਨ ਦਾ ਇੱਕ ਅਲੱਗ ਹੀ ਜਜ਼ਬਾ ਨਜ਼ਰ ਆਉਂਦਾ ਹੈ। ਇੱਥੇ ਸਰਹੰਦ ਦੇ ਅੰਦਰ ਕੁਝ ਬੱਚੇ ਜੋ ਕਿ ਡਿਫਰੈਂਟਲੀ ਏਬਲਡ ਹੁੰਦੇ ਹਨ, ਉਹਨਾਂ ਬੱਚਿਆਂ ਨੂੰ ਲਿਆ ਕੇ ਇਹਨਾਂ ਉਤਸਵਾਂ ਦੇ ਅੰਦਰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਵੀ ਸਮਾਜ ਦੇ ਅੰਦਰ ਸ਼ਾਮਿਲ ਕਰਨ ਦੇ ਉਪਰਾਲੇ ਦੇ ਅੰਦਰ ਰੱਖਿਆ ਜਾਏ। ਇਸ ਕਾਲਜ ਨੇ ਇਸ ਤੋਂ ਇਲਾਵਾ ਗ੍ਰੀਨ ਰਿਵੋਲਿਊਸ਼ਨ ਦੇ ਅੰਦਰ ਬਹੁਤ ਇੱਕ ਵੱਧ ਕੇ ਕੰਮ ਕੀਤਾ ਹੈ ਜੋ ਕਿ ਇੱਕ ਗ੍ਰੀਨ ਐਨਰਜੀ ਦਾ 500 ਕਿਲੋਵਾਟ ਦਾ ਇੱਕ ਸੋਲਰ ਪਲਾਂਟ ਕਾਲਜ ਦੇ ਅੰਦਰ ਲਗਾਇਆ ਗਿਆ ਹੈ, ਜਿਸ ਵਿੱਚ ਬੱਚਿਆਂ ਨੇ ਟ੍ਰੇਨਿੰਗ ਵੀ ਪਾਈ ਹੈ ਔਰ ਨਾਲ ਦੇ ਨਾਲ ਇਸ ਕਾਲਜ ਨੂੰ ਇਕਨੋਮਿਕਲੀ ਉਸਦਾ ਬੈਨੀਫਿਟ ਮਿਲ ਰਿਹਾ ਹੈ ਜੋ ਕਿ ਤਕਰੀਬਨ 2 ਲੱਖ ਰੁਪਏ ਹਰ ਮਹੀਨੇ ਦੀ ਉਸ ਦੇ ਅੰਦਰ ਪਹਿਲੇ ਦੇ ਖਰਚਿਆਂ ਨਾਲੋਂ ਬੱਚਤ ਹੁੰਦੀ ਹੈ ਔਰ ਨਾਲ ਹੀ ਬੱਚਿਆਂ ਨੂੰ ਇੱਕ ਅਲੱਗ ਤਕਨੀਕ ਦਾ ਸਿੱਖਣ ਦਾ ਵੀ ਪੂਰਾ ਮੌਕਾ ਮਿਲਦਾ ਹੈ। 16 ਇੰਡਸਟਰੀਆਂ ਦੇ ਨਾਲ MOU ਕਰਕੇ ਇਹਨਾਂ ਬੱਚਿਆਂ ਦੀ ਇੰਟਰਨਸ਼ਿਪ ਦਾ ਵੀ ਪੂਰੀ ਤਰ੍ਹਾਂ ਬੰਦੋਬਸਤ ਕੀਤਾ ਗਿਆ ਹੈ। ਇਸ ਕਾਲਜ ਦੀਆਂ ਲੈਬਸ ਨੂੰ ਇੰਨਾ ਮਾਡਰਨਾਈਜ਼ ਕੀਤਾ ਗਿਆ ਹੈ ਕਿ ਜਿਸ ਨੂੰ IIT ਔਰ ਇੰਟਰਨੈਸ਼ਨਲ ਲੈਵਲ ਦੇ ਜੋ ਸਕੂਲ ਔਰ ਯੂਨੀਵਰਸਿਟੀ ਹਨ ਉਹਨਾਂ ਨੇ ਵੀ ਆ ਕੇ ਇਹਨੂੰ ਸਰਟੀਫਾਈ ਕੀਤਾ ਹੈ ਔਰ ਸਾਡੇ ਕਾਲਜ ਨੂੰ ਫੋਰ ਇੰਟਰਨੈਸ਼ਨਲ ਕੋਰਸਿਸ ਦੀ ਐਫੀਲੀਏਸ਼ਨ ਦਿੱਤੀ ਗਈ ਹੈ। ਇਸ ਸਾਲ ਤੋਂ ਕੇਪਰੇਟਨ ਯੂਨੀਵਰਸਿਟੀ ਦੇ ਅੰਦਰ ਸਾਡੇ BTECH ਦੇ ਵਿਦਿਆਰਥੀ ਮਕੈਨੀਕਲ ਇੰਜੀਨੀਅਰਿੰਗ ਦੇ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਔਰ ਸਿਵਲ ਇੰਜੀਨੀਅਰਿੰਗ ਦੇ ਬੱਚਿਆਂ ਨੂੰ ਐਫੀਲੀਏਸ਼ਨ ਦਿੱਤੀ ਗਈ ਹੈ। ਇਸੇ ਤਰ੍ਹਾਂ ਡਿਪਲੋਮਾ ਦੇ ਵਿਦਿਆਰਥੀਆਂ ਨੂੰ ਸ਼ੈਰੀਡਨ ਕਾਲਜ ਕੈਨੇਡਾ ਵੱਲੋਂ ਐਫੀਲੀਏਸ਼ਨ ਦਿੱਤੀ ਗਈ ਹੈ। ਅਸੀਂ ਉਮੀਦ ਰੱਖਦੇ ਹਾਂ ਕਿ ਇਹਨਾਂ ਸਾਰੇ ਉਪਰਾਲਿਆਂ ਦਾ ਆਉਣ ਵਾਲੇ ਵਿਦਿਆਰਥੀ ਔਰ ਇਸ ਵੇਲੇ ਇੱਥੇ ਸਿੱਖਿਆ ਪਾ ਰਹੇ ਵਿਦਿਆਰਥੀ ਪੂਰੀ ਤਰ੍ਹਾਂ ਫਾਇਦਾ ਲੈ ਸਕਣਗੇ। 2 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਇੱਛਾ ਅਨੁਸਾਰ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਆਰਮ ਫੋਰਸਿਸ ਪ੍ਰਿਪਰੇਟਰੀ ਅਕੈਡਮੀ ਸ਼ੁਰੂ ਕੀਤੀ ਗਈ, ਜਿਸ ਵਿੱਚ 10ਵੀਂ ਕਰਦੇ ਹੋਏ ਬੱਚਿਆਂ ਨੂੰ ਐਂਟਰੈਂਸ ਟੈਸਟ ਦੇ ਥਰੂ ਐਡਮਿਟ ਕਰਕੇ ਉਹਨਾਂ ਨੂੰ 11ਵੀਂ 12ਵੀਂ ਦੇ ਨਾਲ ਨੈਸ਼ਨਲ ਡਿਫੈਂਸ ਅਕੈਡਮੀ ਦੇ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਸਰਵਿਸਿਸ ਸਿਲੈਕਸ਼ਨ ਬੋਰਡ ਦੀ ਜੋ ਸਿਲੈਕਸ਼ਨ ਹੁੰਦੀ ਹੈ ਉਸ ਦੇ ਲਈ ਤਿਆਰੀ ਕੀਤੀ ਜਾਂਦੀ ਹੈ। ਪਹਿਲੇ ਸਾਲ ਤੋਂ 60 ਬੱਚੇ ਲਏ ਗਏ, ਉਸ ਤੋਂ ਬਾਅਦ 2017 ਦੇ ਵਿੱਚ ਇਹ ਕੈਪੈਸਿਟੀ 80 ਬੱਚਿਆਂ ਦੀ ਕਰ ਦਿੱਤੀ ਗਈ। ਇਸ ਸਾਲ ਇਸ ਵੇਲੇ ਇਹਨਾਂ ਬੱਚਿਆਂ ਦੀ ਸਿਲੈਕਸ਼ਨ ਹੋ ਰਹੀ ਹੈ। ਇਸ ਵਕਤ 128 ਬੱਚੇ ਇਸ ਅਕੈਡਮੀ ਦੇ ਅੰਦਰ ਸਿੱਖਿਆ ਪਾ ਰਹੇ ਹਨ। ਪਹਿਲਾ ਬੈਚ ਜੋ ਕਿ 2016 ਵਿੱਚ ਬੱਚੇ ਆਏ ਸਨ, ਉਹਨਾਂ ਦੀ ਮੈਂਡੇਟਰੀ ਜੋ NDA ਸਿਲੈਕਸ਼ਨ ਹੈ ਉਹ ਇਸ ਸਾਲ ਅਪ੍ਰੈਲ 2018 ਦੇ ਵਿੱਚ ਹੋ ਰਹੀ ਹੈ ਔਰ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਲਰੇਡੀ 12 ਬੱਚੇ ਸਾਡੇ ਮਰਚੈਂਟ ਨੇਵੀ ਦੇ ਅੰਦਰ ਪਹਿਲੇ ਬੈਚ ਦੇ ਸਿਲੈਕਟ ਹੋ ਚੁੱਕੇ ਹਨ
और एक बच्चा फर्स्ट अटैम्प्ट एनडीए दे विच सिलेक्ट हो चुका है। बाकी मेन एनडीए टेस्ट जिहड़ा है वह अप्रैल 18 च होएगा और मनु पूरी उम्मीद है कि इस दे अंदर साढ़े काफ़ी बच्चे जिन्हां दी पोटेंशियल है वह एनडीए दे अंदर सिलेक्ट हो के अपने आप नूं देश दे अंदर आर्म फोर्सेस दे अफसर बनने के काबल बना सकेंगे।